ਮਿੰਟ ਮਾਰ ਮਿੰਟ ਮਾਰ ਮਿੰਟ ਮਾਰ ਬੜੇ ਨੂੰ ਖੁੱਲ੍ਹੋ ਤੁਸੀਂ ਅਦਰ 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 ਚੱਲੋ ਕੋਲੇ ਦੋ ਇੱਕ ਚੱਕਰ ਲਾ ਕੇ ਆਪਣੇ ਕੋਲ ਪਿਛਾ 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 ਮੋੜ ਕੇ ਥੋੜੇ ਖੁੱਲ੍ਹੋ ਪਿਛਾ ਖੁੱਲ੍ਹੋ ਦਾਰ ਖੁੱਲ੍ਹਾ ਕਰੋ ਆਪੇ ਥੱਲੇ ਨਹੀਂ ਆ ਤਾਂ ਯੋ ਮੈਂ ਤੇਰਾ ਆਪਣਾ ਖੋਲ ਜਾ ਤੂੰ ਗਾਸ ਪਿਛਾ ਸ਼ਾਬਾ 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 ਦੋ ਆਪਣੀ ਥਾਂ ਤੇ ਆ ਕੇ ਸੌੜੇ ਨਾ ਨਾ ਖਿਓ ਆਪੇ ਨਾ ਖੁੱਲ੍ਹੋ ਬਿਆਨ ਨਾ ਨਾ ਪੁੱਤਰ ਨਾ ਬੇਜਦੀ ਬੇਜਦੀ ਵੇਖ ਲੈਣਾ ਪਹਿਲੇ ਚੱਲ ਮੈਂ ਰਜਵਾਨ ਸਾਜੀ ਬੋਲੇ ਸਾੜੀ ਲਾਉਣ ਲਾ ਦੇਣਾ ਸ਼ਾਜੀ ਨਹੀਂ ਅੰਜ ਕਰ ਲੈਣਾ ਗੋ 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 ਸ਼ਾਬਾ ਸ਼ਾਬਾ ਜਵਾਨ ਇੱਕ ਵੀ ਅੱਗੋਂ ਨਹੀਂ ਕਿਤੇ ਪਿੱਛੇ ਨਹੀਂ ਆ ਜੀ ਸ਼ਾਜੀ ਮਾਰੀ ਤੁਹਾਡੀ ਆ ਜੀ ਸ਼ਾਬਾ ਗੰਡ ਪੋਜੀਸ਼ਨ ਕਿਹੜੀ ਹੁੰਦੀ ਹੈ ਮੈਂ ਬੰਨ ਚੜਾ ਤੇ ਥੱਲੇ ਜਾਣਾ ਤੂੰ ਕਹਣਾ ਤੂੰ ਆਪ ਕਹਿੰਦੇ ਹੁੰਦਾ ਬਾਬਾ ਸਾਰੇ ਮਰਮਾ ਭਵੋ ਜੀ ਤੁਸੀਂ ਆਦਰਾਂ ਬਹੁਤ ਭੋੜਿਆ ਤੁਸੀਂ ਹਾਂਜੀ ਸਰ ਹਾਂਜੀ 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 ਹਾਂਜੀ
ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ ਮੈਂ ਤੁਹਾਡੇ ਸਾਹਮਣੇ ਸੈਯਦ ਅਬੈਦੁੱਲਾ ਸ਼ਾਹ ਕੋਚ ਸਦਾਤ ਕਬੱਡੀ ਕਲੱਬ ਰਾਣੀਆ ਸੈਦਾਂ ਡਿਸਟ੍ਰਿਕਟ ਗੁਜਰਾਤ ਜੀ ਅੱਜ ਜਨਾਬ 2 ਤਰੀਕ ਹੈ ਜੀ 2/6/24 ਜੀ ਅੱਜ ਸਾਡੇ ਕੋਲ ਮੇਰੇ ਸੱਜੇ ਹੱਥ ਜਨਾਬ ਮੇਰੇ ਕਬੱਡੀ ਦੇ ਮਹਾਨ ਉਸਤਾਦ ਸਾਜਿਦ ਪਹਿਲਵਾਨ ਸਰਾਏ ਡਿੰਗ ਮੈਂ ਉਹਨਾਂ ਨੂੰ ਵੈਲਕਮ ਕਹਿੰਦਾ ਜਨਾਬ ਅੱਜ ਰਾਣੇ ਵਾਲਾ ਸੈਦਾਂ ਗਰਾਊਂਡ 'ਚ ਆਏ ਨੇ ਔਰ ਉਹਨਾਂ ਦੇ ਨਾਲ ਇੱਕ ਪਲੇਅਰ ਆਏ ਨੇ ਸਾਡੇ ਸ਼ਾਹਜਾਨੀਆਂ ਤੋਂ ਸਫਿਆਨ ਸ਼ੌਕਤ ਜੀ ਜਿਨ੍ਹਾਂ ਦਾ ਗੇਮ ਦੇ ਵਿੱਚ ਬੜਾ ਨਾਂ ਹੈ ਸਪਾਟੇ ਲਾਉਣ ਦੇ ਮੁਕਾਬਲੇ ਵਜ਼ਨ ਚੁੱਕਣ ਦੇ ਵਿੱਚ ਔਰ ਇੱਕ ਐਸਾ ਫਨ ਕਿ ਟਰੈਕਟਰ ਜਿਹੜਾ ਉਹਨੂੰ ਵੀ ਰੋਕਣਾ ਅਤੇ ਇਨਸ਼ਾਅੱਲਾ ਅੱਜ ਤਾਂ ਸ਼ਾਰਟ ਟਾਈਮ ਸੀ ਆਇੰਦਾ ਅਸੀਂ ਇਨਸ਼ਾਅੱਲਾ ਬੁਲਾਵਾਂਗੇ ਬਾਕਾਇਦਾ ਇੱਥੇ ਅਸੀਂ ਅਰੇਂਜ ਕਰਾਂਗੇ ਇੱਕ ਈਵੈਂਟ ਅਸੀਂ ਕਰਾ ਰਹੇ ਹਾਂ ਅਤੇ ਉਸ ਈਵੈਂਟ ਦੇ ਮੌਕੇ 'ਤੇ ਫਿਰ ਅਸੀਂ ਇਹਨਾਂ ਦਾ ਫਨ ਦਾ ਮਜ਼ਾਹਰਾ ਕਰਾਂਗੇ ਕਿ ਅੱਲਾਹ ਤਾਲਾ ਨੇ ਇਤਨੀ ਪਾਵਰ ਦਿੱਤੀ ਹੈ ਕਿ ਟਰੈਕਟਰ ਨੂੰ ਵੀ ਰੋਕ ਸਕਦੇ ਨੇ ਠੀਕ ਹੈ ਜੀ ਅਤੇ ਸਫਿਆਨ ਨੂੰ ਜਨਾਬ ਅਸੀਂ ਰਾਣੇ ਵਾਲੇ ਸੈਦਾਂ ਦੀ ਗਰਾਊਂਡ ਦੇ ਵਿੱਚ ਅੱਜ ਜਨਾਬ ਵੈਲਕਮ ਕਹਿੰਦੇ ਹਾਂ ਭਰਪੂਰ ਅੰਦਾਜ਼ ਦੇ ਵਿੱਚ ਜਨਾਬ ਆਮ ਲੋਕ ਤਨਕੀਦ ਕਰਦੇ ਨੇ ਪਲੇਅਰਾਂ 'ਤੇ ਗੇਮ ਕਰਨਾ ਬੜਾ ਮੁਸ਼ਕਲ ਕੰਮ ਹੈ ਆਪਣੇ ਆਪ ਨੂੰ ਬੁਰਾਈ ਤੋਂ ਬਚਾਉਣਾ ਜਿਸ ਬੱਚੇ ਨੇ ਬੁਰਾਈ ਤੋਂ ਆਪਣੇ ਆਪ ਨੂੰ ਬਚਾਇਆ ਦੂਸਰੇ ਦਿਨ ਉਹ ਟ੍ਰੇਨਿੰਗ ਕਰੇਗਾ ਜਿਹਨੇ ਰਾਤ ਨੂੰ ਬੁਰਾਈ ਕੀਤੀ ਉਹ ਤਾਂ ਮਤਲਬ ਹੈ ਕਿ ਦੂਸਰੇ ਦਿਨ ਟ੍ਰੇਨਿੰਗ ਨਹੀਂ ਕਰ ਸਕਦਾ ਅਤੇ ਲਿਹਾਜ਼ਾ ਇਹ ਨੌਜਵਾਨ ਜਿਹੜੇ ਬੁਰਾਈ ਤੋਂ ਬਚ ਕੇ ਬੁਰਾਈ ਦੇ ਖਿਲਾਫ਼ ਜਿਹਾਦ ਕਰ ਰਹੇ ਨੇ ਔਰ ਇਹ ਇੱਕ ਰਿਆਜ਼ਤ ਹੈ ਠੀਕ ਹੈ ਜੀ ਅਤੇ ਸਾਨੂੰ ਅੱਜ ਬੜੀ ਸਾਰੀ ਖੁਸ਼ੀ ਹੋਈ ਹੈ ਕਿ ਸਫਿਆਨ ਅੱਜ ਸਾਡੇ ਕੋਲ ਆਇਆ ਠੀਕ ਹੈ ਜੀ ਅਤੇ ਇਨਸ਼ਾਅੱਲਾ ਜਨਾਬ ਹੁਣ ਥੋੜ੍ਹੀ ਦੇਰ ਤੋਂ ਬਾਅਦ ਗੇਮ ਵੀ ਸ਼ੁਰੂ ਕਰਨ ਲਏ ਨੇ ਗੇਮ ਦੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਥੈਂਕ ਯੂ ਸੋ ਮੱਚ ਸ਼ਾਬਾਸ਼ ਮਾਨੋ ਕਿੱਥੇ ਬਣਾਉਣੀ ਜਾਂਦਾ
ਥੱਲੇ ਲਾ, ਫੁੱਲ ਲਾ ਥੱਲੇ, ਇਹ ਚੀਜ਼ ਥੱਲੇ ਲਾ, ਕੰਮ ਇੰਜ ਰੱਖ ਲੋ ਪੂਰਾ ਕਰ ਮੂੰਹ ਚੋਕੋ ਤੁਸੀਂ ਮਿੰਟ ਮਾਰੋ ਮਿੰਟ ਔਰ ਸਲਾਮ ਸਹੀ ਹੋ ਗਿਆ ਤੂੰ ਅਗਲੀ ਜੋੜੀ ਡੰਡ ਮੁਕੰਮਲ ਮਾਰ ਅਬਦੁੱਲਾ ਅਗਲੀ ਜੋੜੀ ਤੁਸੀਂ ਡੰਡ ਪੋਜੀਸ਼ਨ ਮਾਰੋ ਸ਼ਾਜੀ 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 ਮਸਤੀ ਨੂੰ ਮਸਤੀ ਨੂੰ ਹੋਰ ਸਲਾਮ ਵੀ ਲਾਓ ਲੈਣੇ ਚਲੋ ਚਲੋ ਬਰਾਬਰ ਡੰਡ ਮਾਰੋ ਬਰਾਬਰ ਚਲੋ ਤੁਸੀਂ ਡੰਡ ਪੋਜੀਸ਼ਨ ਕਰਾ ਆਪੇ ਅਗਲੀ ਜੋੜੀ ਜਲਦੀ ਜਲਦੀ ਤਰੀਫਾ ਡੰਡ ਮਾਰੀ ਇੱਕ ਦੂਜੇ ਦੀ ਅੱਖ ਵਿੱਚ ਅੱਖ ਰੱਖੀ ਦੀ ਹੈ ਮਾਰਨਾ ਕਿਆ ਬਾਤ ਹੈ ਤਾੜੀ ਲਾਵੇ ਤਾੜੀ ਨਿਕਲੇ ਆ ਕੇ
ਆਪਣਾ ਘਰ ਸਾਂ ਭੇਜਣ ਦੀ ਬਜਾਏ ਇੰਜ ਘਰ ਹੋਣ ਹਾਂਜੀ ਸਾਂ ਖਿੱਚਣ ਦਾ ਨਾ ਤੇ ਟਰਾਫੀ ਤੇਰੀਆਂ ਲੱਤਾਂ ਨੂੰ ਪਵੇਗਾ ਕਰਕੇ ਮਾੜਾ ਆਪਣੀ ਹੈ ਜਿਹੜਾ ਫੜਨਾ ਨਾ ਬਿਲਕੁਲ ਜ਼ੀਰੋ ਹੈ ਮੇਰੇ ਤੋਂ ਠੀਕ ਹੈ ਕੋਸ਼ਿਸ਼ ਇਹ ਕਰੀ ਦੀ ਅਗਲੇ ਤੋਂ ਸੱਟ ਨਾ ਲੱਗ ਹਾਂ ਮੈਂ ਤੂੰ ਆ ਦੇ ਅਰਸਲਾਨ ਨਾਲ ਅਰਸਲਾਨ ਸ਼ਾਹ ਜੀ ਜਫਾ ਬੁੱਕ ਫੜੋ ਤਾਂ ਬੁੱਕ ਫੜੋ ਨਾ ਇਹਨੂੰ ਐਂ ਨਹੀਂ ਕਰਨਾ ਇਹਨੂੰ ਬੰਦ ਕਰੋ।